ਹਾਂਜੀ ਗਾਈ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਉਮੀਦ ਕਰਦਾ ਸਾਰੇ ਜਣੇ ਠੀਕ ਠਾਕ ਹੋਣਗੇ। ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੇ ਵੈਲਕਮ ਹੋ ਗਿਆ ਤੁਹਾਡੇ ਸਾਰਿਆਂ ਦਾ ਸਾਡੇ YouTube ਚੈਨਲ ਤੇ, ਜਿਸ ਦਾ ਨਾਮ ਹੈ ਮਿਸਟਰ ਐਂਡ ਮਿਸਿਸ ਬੱਟੀ ਫੈਮਿਲੀ। ਤੇ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਘੈਂਟ ਤਾਂ ਬਹੁਤ ਜ਼ਬਰਦਸਤ ਬਲੌਗ ਲੈ ਕੇ ਆਏ ਹਾਂ, ਜਿੱਦਾਂ ਕਿ ਤੁਸੀਂ ਸਾਰਾ ਅਤੇ ਐਂਡ ਤੱਕ ਜ਼ਰੂਰ ਦੇਖਣਾ। ਅਤੇ ਅੱਜ ਇੱਕ ਹੋਰ ਦਲਜੀਤ ਨੂੰ ਮੈਂ ਕੰਮ ਦੱਸਿਆ। ਦਲਜੀਤ ਦਾ ਕਿੰਨੇ ਦਿਨ ਹੋ ਗਏ ਕੰਮ ਕਰਦੀ ਨਹੀਂ, ਪਤਾ ਨਹੀਂ ਕੀ ਕਰਦੀ ਹੈ ਘਰ ਦੇ ਵਿੱਚ। ਤੇ ਅੱਜ ਮੈਂ ਇਹਨੂੰ ਕਿਹਾ, ਮੈਂ ਕਿਹਾ ਮੇਰੀ ਛੁੱਟੀ ਆ, ਜਿਹੜਾ ਇੰਡੀਆ ਦੇ ਵਿੱਚੋਂ ਪਾਰਸਲ ਆਇਆ ਜਿੱਦਾਂ ਤੁਸੀਂ ਪਿਛਲੇ ਬਲੌਗ ਦੇ ਵਿੱਚ ਦੇਖਿਆ ਆ, ਉਹ ਪਾਰਸਲ ਉੱਦਾਂ ਹੀ ਇੱਕ ਜਗ੍ਹਾ ਤੇ ਪਿਆ ਆ, ਪਤਾ ਨਹੀਂ ਚੱਕਦੀ ਨਹੀਂ ਉਹ ਪਾਰਸਲ ਨੂੰ। ਤੇ ਅੱਜ ਤੂੰ ਨਾ ਕੁਛ ਨਹੀਂ ਕਰਨਾ, ਅੱਜ ਤੇਰੇ ਤੋਂ ਸਾਰਾ ਪਾਰਸਲ ਆ ਨਾ ਜਿਹੜਾ ਆਇਆ ਪਿਆ ਉਹ ਸਾਰਾ ਸੈੱਟ ਕਰਾਉਣਾ। ਮੈਂ ਇਕੱਲੀ ਨੇ ਕਿੱਦਾਂ ਕਰਨਾ? ਇਕੱਲੀ ਨੇ ਕੀ ਕਿਉਂ ਨਹੀਂ ਕਰਨਾ? ਇਕੱਲੀ ਨੇ ਤੁਸੀਂ ਕਰਾਉਣਾ ਹੈ ਨਾ ਨਾਲ। ਤੇ ਹਾਂਜੀ ਗਾਇਸ, ਪਾਰਸਲ ਸੈੱਟ ਕਰੇਗੀ ਤਾਂ ਮੈਂ ਤੁਹਾਨੂੰ ਦਿਖਾਉਂਗਾ ਕਿੱਦਾਂ ਸੈੱਟ ਕਰਦੀ ਹੈ। ਕਿੰਨੇ ਦਿਨ ਹੋ ਗਏ ਇੱਕ ਜਗ੍ਹਾ ਤੇ ਪਏ ਆ, ਦੋ ਨਾ ਇੱਧਰ ਢੇਰ ਜਿਹੇ ਲਗਾ ਕੇ ਰੱਖੇ ਪਏ ਆ, ਤੇ ਮੈਂ ਕਿੰਨੇ ਦਿਨ ਤੋਂ ਦੇਖ ਰਿਹਾ ਹਫ਼ਤੇ 'ਚ, ਮੈਂ ਕਿਹਾ ਕਰਦੀ ਆ, ਅੱਜ ਕਰਦੀ ਆ, ਕੱਲ੍ਹ ਕਰਦੀ ਆ, ਪਰ ਮੈਡਮ ਜੀ ਕੁਛ ਨਹੀਂ ਕਰਕੇ ਰਾਜੀ। ਬਸ ਰੋਟੀ ਬਣਾਉਂਦੇ ਮੈਡਮ ਜੀ ਤੇ ਕਹਿ ਦਿੰਦੇ ਪਾਰਸਲ, ਕੀ ਕਰਨਾ? ਯਾਰ ਮੇਰੀ ਗੱਲ ਸੁਣੋ। ਹਾਂਜੀ, ਮੈਂ ਇਕੱਲੀ ਨੇ ਕਿੱਦਾਂ ਕਰਨਾ ਯਾਰ? ਥੋੜਾ ਥੋੜਾ ਜਿੱਦਾਂ ਸੈੱਟ ਕਰਦਾ ਬੰਦਾ, ਥੋੜਾ ਥੋੜਾ ਕਰਦਾ ਤਾਂ ਫਿਰ ਮੁਸ਼ਕਲ ਹੈ ਇਕੱਲੀ ਲਈ। ਅੱਛਾ, ਮੁਸ਼ਕਲ ਕੀ ਹੈ? ਕੰਮ ਕੋਈ ਦੁਨੀਆ ਤੇ ਮੁਸ਼ਕਲ ਨਹੀਂ ਹੈ ਜੇ ਬੰਦਾ ਕਰੇ ਨਾ। ਕੋਈ ਮੁਸ਼ਕਲ ਨਹੀਂ, ਖਾਣਾ ਸੌਖਾ ਹੈ, ਆ ਖਾ ਸਕਦੀ ਹਾਂ। ਇਹ ਤਾਂ ਕੋਈ ਕੰਮ ਨਹੀਂ ਹੈ, ਇਹ ਤਾਂ ਚੱਕਣਾ ਤੇ ਖਾ ਲੈਣਾ। ਸਵਾਦ ਹੈ ਨਾ ਬੜਾ, ਸੇਵ ਸਵਾਦ ਹੈ, ਖਾ ਲਓ, ਸੇਵ ਸੁਧ ਬਣਾ ਲਓ। ਹੁਣ ਜਿਹੜਾ ਪਾਰਸਲ ਆਇਆ ਉਹ ਤੁਹਾਡੇ ਸਾਰਾ એનર્ਜੀ ਨੂੰ ਜੀ ਆਪਣੇ ਤੁਸੀਂ ਲਿਆਓ। ਓਕੇ, ਹਾਂਜੀ ਮੈਂ ਤਾਂ ਤੁਹਾਡਾ ਵੇਟ ਕਰਦੀ ਸੀ, ਤੁਹਾਡੀ ਛੁੱਟੀ ਹੋਏਗੀ ਨਾ ਮੈਂ ਕੱਟੇ ਜਾਵਾਂਗੇ। ਅੱਛਾ, ਮਤਲਬ ਮੇਰੀ ਛੁੱਟੀ ਹੋਏਗੀ ਤਾਂ ਨਾਲ ਅੱਧਾ ਕੰਮ ਮੈਂ ਉਹਨਾਂ ਤੋਂ ਕਰਾਉਂਗੀ। ਹੈ, ਹਾਂਜੀ, ਬਹੁਤ ਅੱਛੀ। ਹਾਂਜੀ, ਜਿੱਦਾਂ YouTube ਦੀ ਫੈਮਿਲੀ ਤੁਸੀਂ ਦੇਖਦੇ ਹੋ, ਇਦਾਂ ਮੇਰੇ ਤੇ ਜ਼ੁਲਮ ਕਰਦੀ ਹੈ ਕਈ ਵੇਲੇ। ਮੈਨੂੰ ਹੁਣ ਗੁੱਸਾ ਵੀ ਬਹੁਤ ਆਉਂਦਾ, ਮੈਂ ਇਹਨੂੰ ਮੇਰਾ ਜੀ ਬੜਾ ਗੁੱਸਾ ਆਉਂਦਾ, ਮੈਨੂੰ ਪਤਾ ਮੈਂ ਗੰਦਾ ਬਰਦਾਸ਼ਤ ਕਰਨ ਦੇ ਆ। ਉਹਨੂੰ ਮੈਂ ਦੇਖਦਾ ਨਾ ਪਾਰਸਲ ਨੂੰ, ਕਾਲੀ ਪੈਂਦੀ ਆ, ਇੱਕ ਰੱਖਿਆ ਵੀ ਇਹਨਾਂ ਨੇ ਸਾਹਮਣੇ ਆ, ਜਦੋਂ ਮੈਂ ਰੋਟੀ ਖਾਂਦਾ ਨਾ ਉਹ ਸਾਹਮਣੇ ਆਉਂਦਾ ਮੇਰੇ। ਆ ਹਾਂ, ਓਕੇ ਲੈ, ਸਿਹਤ ਬੜਾਓ ਆਪਣੀ, ਤੁਸੀਂ ਹੁਣ ਸਾਰਾ ਪਾਰਸਲ ਤੁਸੀਂ ਸਮੇਟਣਾ। ਠੀਕ ਆ ਜੀ। ਤੇ ਚਲੋ ਗਾਏ, ਫਰੂਟ ਅਸੀਂ ਖਾ ਲਿਆ ਤੇ ਹੁਣ ਸਮੇਟਦੇ ਆ ਪਾਰਸਲ। ਤਕੜੀ ਹੋ ਜਾ ਦਲਜੀਤ। ਮੈਂ ਤਕੜੀ ਹਾਂ। ਤਕੜੀ ਹਾਂ ਤੇ ਦੇਖਦੇ ਆ ਦਲਜੀਤ। ਮੈਂ ਸਲਾਹ ਸਲੂਹ ਕੋਈ ਨਹੀਂ ਦੇਣੀ ਹੈਗੀ, ਮੈਂ ਇਹਦਾ ਦਿਮਾਗ ਦੇਖਣਾ ਕਿੰਨਾ ਕੁ ਚੱਲਦਾ ਹੈ। ਯਾਰ ਸਲਾਹ ਕਰਕੇ ਤਾਂ ਮੈਂ ਇਕੱਲੀ ਨੇ ਨਹੀਂ ਸਮੇਟਿਆ, ਤੇ ਮੈਂ ਪਹਿਲਾਂ ਤੁਹਾਡਾ ਦੇਖੂੰਗਾ ਨਾ ਤੁਹਾਡਾ ਦਿਮਾਗ ਕਿੰਨਾ ਕੁ ਚੱਲਦਾ ਹੈ। ਹਾਂਜੀ, ਫਿਰ ਤੁਹਾਡਾ ਦਿਮਾਗ ਦੇਖ ਕੇ ਫਿਰ ਜਿੱਥੇ ਤੁਹਾਡੀ ਮੇਰੀ ਲੋੜ ਪਈ ਮਦਦ ਦੀ ਉੱਥੇ ਮੈਂ ਤੁਹਾਡੀ ਮਦਦ ਕਰੂੰਗਾ। ਤੁਸੀਂ ਦੇਖਣਾ ਹੈ ਸਿਰਫ, ਮਤਲਬ ਮੈਂ ਕੈਮਰਾ ਸ਼ੂਟ ਕਰੂੰਗਾ ਨਾ, ਮਤਲਬ ਕਿ ਵੀਡੀਓ ਵਲੌਗ ਬਣਾਉਂਗਾ ਨਾ ਆਪਣੀ YouTube ਦੀ ਫੈਮਿਲੀ। ਤੁਸੀਂ ਵੀਡੀਓ ਬਣਾਉਣੀ ਬਸ, ਮੈਂ ਕੰਮ ਕਰਨਾ YouTube ਦੀ ਫੈਮਿਲੀ ਨੇ ਦੱਸਿਆ। ਹਾਂ ਤਾਂ ਫਿਰ ਮੈਂ ਉਦੋਂ ਵੀ ਕਰ ਸਕਦੀ ਹਾਂ। ਨਹੀਂ ਮਤਲਬ YouTube ਦੀ ਫੈਮਿਲੀ ਵੀ ਦੇਖੇ ਨਾ ਕਿ ਦਲਜੀਤ ਕਿੰਨਾ ਕਿ ਕੰਮ ਕਰਦੀ ਹੈ। ਹਾਂ ਸਹੀ ਹੈ। ਹਾਂਜੀ ਹਾਂਜੀ, ਤਾਂ ਦਲਜੀਤ ਦੇ ਵਿੱਚ ਕਿੰਨੀ ਕਿ ਮਤਲਬ। ਚਲੋ ਕੀ ਚੱਕੋਗੇ ਦੋਨਾਂ 'ਚ, ਇੱਕ ਪੀਸ ਚੱਕੋ। ਮੈਂ ਸੇਬ ਹੀ ਖਾਂਦਾ ਨਾ ਯਾਰ, ਆ ਚੱਕਣਾ ਸੀ ਤੁਸੀਂ। ਖਤਮ।
ਚਲੋ ਗਾਇਸ ਰੈੱਡ ਬੁੱਲ ਵੀ ਪੀ ਲਈਏ ਮੈਂ ਪੀ ਲਿਆ ਤੁਹਾਨੂੰ ਗਾਇਸ ਦੱਸਣ ਪਤਾ ਕਦੋਂ ਤਈ ਹੈ ਇਹਨੂੰ ਹੁਣ ਇਹੀ ਆ ਕਿ ਇੰਨਾ ਸਮਾਨ ਹੈ ਮੈਂ ਸਮੇਟਣਾ ਕਿੱਦਾਂ ਤੇ ਮੇਰੇ ਬੱਸੋਂ ਬਾਹਰ ਹੈ ਕਰੋਨਾ ਦਾ ਮੈਂ ਤੁਹਾਡੇ ਤੋਂ ਹੀ ਹੈ ਇਹ ਤੁਹਾਨੂੰ ਗਾਇਸ ਵੀ ਦੱਸਣਗੇ ਜੇ ਕਮੈਂਟ ਕਰਕੇ ਕੀ ਹੁੰਦਾ ਕੀ ਨਹੀਂ ਤੇ ਰੈਡੀ ਹੋ ਜਾਓ ਮੈਨੂੰ ਗੁੱਸਾ ਬਹੁਤ ਹੈ ਤੁਹਾਡੇ ਤੇ ਆ ਦੇਖੋ ਜੀ ਆ ਸਾਰਾ ਸਮਾਨ ਹੈ ਜੋ ਕਿੰਨੇ ਦਿਨ ਹੋਏ ਤਿੰਨ ਚਾਰ ਦਿਨ ਹੋਏ ਆ ਮੈਂ ਨਹੀਂ ਸਮੇਟਿਆ ਤੇ ਅੱਜ ਅਸੀਂ ਦੋਨੋਂ ਮਿਲ ਕੇ ਸਮੇਟਾਂਗੇ ਆ ਹੈ ਜੀ ਕਾਜੂ ਵਾਲੇ ਬਿਸਕੁਟ ਤੇ ਆ ਸਭ ਤੋਂ ਪਹਿਲਾਂ ਮੈਂ ਖਾ ਕੇ ਦੇਖਦੀ ਹੈ ਇਹਦਾ ਟੇਸਟ ਤਾਂ ਨਹੀਂ ਚੇਂਜ ਹੋਇਆ ਤੇ ਜਿੱਦਾਂ ਕਿ ਗੱਲ ਤੁਸੀਂ ਦੇਖਦੇ ਆ ਤਿੰਨ ਚਾਰ ਦਿਨ ਤੋਂ ਇੱਥੇ ਰੁਲਣਦੇ ਆ ਡੱਬੇ ਨਾ ਦੇਖੋ ਕਿੱਦਾਂ ਤੇ ਇਹ ਮੈਡਮ ਜੀ ਨੇ ਕੁਛ ਨਹੀਂ ਕੀਤਾ ਕਰਕੇ ਰਾਜੀ ਨਹੀਂ ਹੋ ਮੇਰਾ ਵੇਟ ਕਰਦੀ ਛੁੱਟੀ ਹੋ ਗਈ ਤਾਂ ਕਰਾਂਗੇ ਮੂੰਹ ਖੋਲ ਪਾਵਾਂ ਲਓ ਯੂਟਿਊਬ ਦੀ ਫੈਮਿਲੀ ਤੁਸੀਂ ਵੀ ਖਾਓ ਕਾਜੂ ਤੇ ਕੰਮ ਨਹੀਂ ਕਰਨਾ ਕਾਜੂ ਖਾਣੇ ਹੁਣ ਫਰੂਟ ਖਾ ਕੇ ਤੁਹਾਨੂੰ ਕਾਜੂ ਖਾਣ ਲੱਗ ਗਏ ਚਲੋ ਇਹਨੂੰ ਰੱਖਦੇ ਆ ਸਾਈਡ ਤੇ ਤੇ ਮਜ਼ਾਕ ਨਾ ਮਜ਼ਾਕ ਰਿਹਾ ਤੇ ਚਲੋ ਜੀ ਕਿੱਥੋਂ ਸ਼ੁਰੂ ਕਰੀਏ ਯਾਰ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿੱਥੋਂ ਸ਼ੁਰੂ ਕਰੀਏ ਆ ਥਾਲੀਆਂ ਤੋਂ ਸ਼ੁਰੂ ਕਰੋ ਪਹਿਲਾਂ ਅੱਛਾ ਆ ਤਾਂ ਕੁੰਡੀ ਹੈ ਆ ਥਾਲੀਆਂ ਥਾਲੀਆਂ ਠੀਕ ਆ ਪਹਿਲਾਂ ਕੁੰਡੀ ਨੂੰ ਤੁਸੀਂ ਮੈਨੂੰ ਫੜਾ ਦਿਓ ਤੁਸੀਂ ਕੀ ਕਰਦੇ ਮੇਰੇ ਸਿਰ ਤੇ ਮਾਰਦੇ ਨਹੀਂ ਸਿਰ ਤੇ ਨਹੀਂ ਮਾਰਦੀ ਤੇ ਉਹ ਤੁਸੀਂ ਉਹ ਤਾਂ ਦੱਸੋ ਥਾਲੀਆਂ ਦੇ ਵਿੱਚ ਇੱਕ ਸਪੈਸ਼ਲ ਵੀ ਹੈ ਥਾਲੀਆਂ ਦੇ ਵਿੱਚ ਇਦਾਂ ਨਾਂ ਲਿਖਾਇਆ ਸਾਡੀ ਪੂਰੀ ਫੈਮਿਲੀ ਦਾ ਨਾਂ ਲਿਖਿਆ ਹੋਇਆ ਅਸੀਂ ਨਾਂ ਤਾਂ ਨਹੀਂ ਪੜ ਕੇ ਦੱਸ ਸਕਦੇ ਪਰ ਨਾਂ ਲਿਖਿਆ ਪਿਆ ਸਾਡੀ ਸਾਰੀ ਫੈਮਿਲੀ ਦਾ ਆ ਦੇਖੋ ਮਾੜਾ ਜਿਹਾ ਦਿਖਾ ਦੋ ਨਾ ਤਾਂ ਦਿਸਦਾ ਆ ਦੇਖੋ ਜਿੱਦਾਂ ਇੰਡੀਆ ਦੇ ਆ ਸਾਡਾ ਜਿਹੜਾ ਘਰ ਦਾ ਵੱਡਾ ਮੈਂਬਰ ਹੈ ਉਹਨਾਂ ਦਾ ਨਾਂ ਲਿਖਿਆ ਹੋਇਆ ਹੈ ਮਾਤਾ ਸ਼੍ਰੀ ਦਾ ਪਰਮਜੀਤ ਕੌਰ ਤੇ ਇਦਾਂ ਹੀ ਪੂਰੀ ਫੈਮਿਲੀ ਦਾ ਨਾਂ ਲਿਖਿਆ ਹੋਇਆ ਆ ਦੇਖੋ ਮੇਰਾ ਨਾਮ ਆਦਲਜੀਤ ਦਾ ਇਹ ਇੰਡੀਆ ਦੇ ਵਿੱਚ ਇਦਾਂ ਹੈ ਨਾ ਕਿ ਜੇ ਭਾਂਡੇ ਗੁੰਮ ਨਾ ਹੋ ਜਾਏ ਤੇ ਘਰਦਿਆਂ ਨੇ ਉਹ ਸਿਸਟਮ ਕੀਤਾ ਕਿ ਜਰਮਨ ਚ ਵੀ ਨਾ ਨਿਆਣਿਆਂ ਦੇ ਭਾਂਡੇ ਗੁੰਮ ਹੋ ਜਾਣ ਤੇ ਆ ਸੀ ਕਿੰਨੇ ਮੈਂਬਰ ਆ 6 ਮੈਂਬਰ ਆ ਘਰ ਦੇ ਨਾ ਤੇ 6 ਹੀ ਥਾਲੀਆਂ ਮੰਗਾਈਆਂ ਸੀ ਤੇ 6 ਥਾਲੀਆਂ ਤੇ ਨਾਮ ਲਿਖੇ ਹੋਏ ਆ ਸਾਰਿਆਂ ਦੇ ਹਾਂਜੀ ਤਾਂ ਤੁਹਾਡੀ ਮਿਹਰਬਾਨੀ ਹੁਣ ਅੱਗੇ ਨੂੰ ਵਧੋ ਤਾਂ ਸਮਾਨ ਚੱਕੋ ਆ ਹੁਣ ਕੀ ਕਰਨਾ ਇਹ ਮੇਰੇ ਸਿਰ 'ਚ ਮਾਰਦੀਆਂ ਕੀ ਕਰਨ ਦਾ ਮਤਲਬ ਕਿ ਇਹਨੂੰ ਕਿਚਨ ਦੇ ਵਿੱਚ ਸੈੱਟ ਕਰੋ ਓਕੇ ਹਾਂਜੀ ਤੁਸੀਂ ਦੇਖ ਲਓ ਗਾਇਸ ਇਦਾਂ ਦੇ ਕੰਮ ਕਰਦੀ ਹੈ ਫਿਰ ਖਜਾਉਣ ਵਾਲੇ ਤੇ ਆ ਟ੍ਰੇ ਕੀ ਕਰਨੀ ਹੈ ਇਹ ਟ੍ਰੇ ਦੇ ਵਿੱਚ ਮੈਨੂੰ ਚਾਹ ਪਾ ਕੇ ਦੇ ਦੇ ਕਿਚਨ ਦਾ ਸਮਾਨ ਇੱਥੇ ਰੱਖ ਦਿੰਨੀ ਆ ਫਿਰ ਬਾਅਦ ਚ ਮੈਂ ਸਮੇਟ ਲੂੰਗੀ ਨਾ ਚਲੋ ਇਹ ਵੀ ਗੱਲ ਠੀਕ ਆ ਤੁਹਾਡੀ ਇੱਥੇ ਰੱਖ ਦਿੰਨੀ ਆ ਠੀਕ ਹੈ ਹਾਂਜੀ ਆ ਮੇਰੇ ਆਲੂ ਦੇਖਾ ਮੈਂ ਉਬਲ ਗਏ ਆ ਉਬਲ ਗਏ ਆ ਇਹਨੂੰ ਮੈਂ ਬੰਦ ਕਰ ਦੇਣੀ ਆ ਅੱਛਾ ਅੱਛਾ ਹਾਂਜੀ ਤੇ ਫਿਰ ਆ ਜਾਂਦੇ ਆ ਇੱਧਰ ਆ ਖੋਲੀ ਵੀ ਰੱਖ ਦੇਣੀ ਆ ਇੱਧਰ ਹੀ ਕਿਚਨ ਦਾ ਸਮਾਨ ਆ ਤੁਸੀਂ ਜਿੱਦਾਂ ਗਾਈ ਦੇਖਦੇ ਹੋ ਇੱਧਰੋਂ ਚੱਕ ਕੇ ਉੱਧਰ ਰੱਖੀ ਜਾਂਦੀ ਹੈ ਸਮਾਨ ਤੇ ਬਾਕੀ ਦੇਖੋ ਹੁਣ ਕੀ ਕਰਦੇ ਆ ਦਿਲਜੀਤ ਅੱਜ ਪੂਰਾ ਸਮਾਨ ਆ ਪੋਣੇ ਆ ਆ ਪੋੜੇ ਮੈਂ ਸਪੜੀ ਅਲਮਾਰੀ ਚ ਰੱਖਦੀ ਆ ਇੱਥੇ ਮੈਂ ਰੱਖਦੀ ਹੁੰਦੀ ਆ ਸਾਰਾ ਸਮਾਨ ਤੇ ਇੱਥੇ ਮੈਂ ਰੱਖ ਲੈਣੇ ਆ ਆ ਪੋਣੇ ਸੈੱਟ ਹੋ ਗਏ ਤੇ ਮੈਂ ਵੀ ਕਰਾਈ ਜਾਂ ਮੈਂ ਨਾਲ ਤੁਹਾਡਾ ਨਾਮ ਤੁਸੀਂ ਵੀਡੀਓ ਬਣਾਓ
ਨਹੀਂ ਨਹੀਂ ਮੈਂ ਤਾਂ ਤੁਹਾਡੇ ਨਾਲ ਕਰਾਈ ਜਾਂਦਾ ਯਾਰ ਐਸੀ ਕੋਈ ਗੱਲ ਨਹੀਂ ਆ ਆ ਐਦਾਂ ਕਰੋ ਆ ਟੇਬਲ ਤੇ ਰੱਖ ਦਿਓ ਜਿਹੜੀ ਟੇਬਲ ਵਾਲੀਆਂ ਚੀਜ਼ਾਂ ਨਾ ਹਾਂ ਆ ਟੇਬਲ ਦੇ ਹੋ ਗਏ ਕਿਉਂਕਿ ਦੋਨੋਂ ਟੇਬਲ ਦੇ ਹੀ ਹੈ ਆ ਵੀ ਟੇਬਲ ਦੇ ਨਾ ਹਾਂਜੀ ਆ ਵੀ ਟੇਬਲ ਦਾ ਇਹਦੇ ਵਿੱਚ ਬਾਅਦ ਚ ਮੈਂ ਡਰਾਈ ਫਰੂਟ ਪਾਉਂਦਾ ਹਾਂ ਓਕੇ ਹਾਂਜੀ ਤੇ ਆ ਖਾਣ ਪੀਣ ਦਾ ਸਮਾਨ ਖਾਣ ਪੀਣ ਦਾ ਸਮਾਨ ਇਦਾਂ ਕਰੋ ਆ ਡਰਮੀ ਬਾਹਰ ਹੀ ਕੱਢ ਲਓ ਸਾਰੀ ਓਕੇ ਹਾਂਜੀ ਆ ਤਾਂ ਆਮ ਪਾਪੜ ਨੇ ਨਾ ਆਮ ਪਾਪੜ ਇਹ ਵੀ ਆਪਾਂ ਇੱਕ ਡੱਬੇ 'ਚ ਪਾ ਕੇ ਰੱਖਦੇ ਆ ਨਾ ਜਿੱਥੇ ਹਵਾ ਨਾ ਲੱਗੇ ਹਾਂਜੀ ਗਾਈਸ ਜਿੱਦਾਂ ਕਿ ਹੁਣ ਕਮਲੀ ਹੋ ਗਈ ਹੈ ਦਲਜੀਤ ਤੇ ਹੁਣ ਇਹਨੂੰ ਸਮਝ ਨਹੀਂ ਲੱਗ ਰਿਹਾ ਮੇਰੀ ਹੈਲਪ ਲਈ ਮੈਨੂੰ ਕਹਿੰਦੇ ਆਈ ਜਾਓ ਤੁਸੀਂ ਹਾਂਜੀ ਕੀ ਹੈਲਪ ਚਾਹੀਦੀ ਤੁਹਾਨੂੰ ਮੈਂ ਕਿਹਾ ਯਾਰ ਡਰਮ ਚਿਪਸ ਚਿਪਸ ਥੈਲੀ 'ਚ ਪਾ ਦੇਣੀ ਹੈ ਕਿਸੇ ਚੀਜ਼ ਡਰਮ ਦੇ ਵਿੱਚ ਤੁਸੀਂ ਕੁਛ ਪਾਉਣਾ ਹੈ ਆਟਾ ਪਾਉਂਗੀ ਨਾ ਉਹ ਫਿਰ ਮੈਂ ਪਾ ਲੂੰਗੀ ਬਾਅਦ 'ਚ ਪਾਓਗੇ ਆਟਾ ਮਤਲਬ ਕਿ ਅਜੇ ਤਾਂ ਮਤਲਬ ਕਿ ਸੈਟਿੰਗ ਹੋ ਰਿਹਾ ਚਲੋ ਫਿਲਹਾਲ ਨਹੀਂ ਮੈਂ ਅਜੇ ਤਾਂ ਮਤਲਬ ਇਦਾਂ ਉੱਤੋਂ ਦੀ ਸੈਟਿੰਗ ਹੋ ਰਹੀ ਹੈ ਨਾ ਉਹ ਫਿਰ ਜਿਹੜੀ ਡੀਪਲੀ ਸੈਟਿੰਗ ਆ ਉਹ ਮੈਂ ਕਰਨੀ ਹੈ ਨਾ ਅੱਛਾ ਡੀਪਲੀ ਸੈਟਿੰਗ ਹਾਂਜੀ ਅੱਛਾ ਤਾਂ ਡੀਪਲੀ ਸੈਟਿੰਗ ਵੀ ਕਰਦੇ ਆ ਗਾਈਸ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਹਾਂਜੀ ਅਜੇ ਤਾਂ ਇਦਾਂ ਹੀ ਜਿੱਦਾਂ ਖਾਣ ਪੀਣ ਵਾਲੇ ਸਮਾਨ ਨਾਲ ਹਾਂਜੀ ਮੂੰਗਫਲੀ ਵੀ ਪਾ ਦੋ ਖਾਣ ਪੀਣ ਵਾਲਾ ਸਮਾਨ ਸਾਰਾ ਇਹਦੇ ਨਾਲ ਤੇ ਹਾਂਜੀ ਗਾਈਸ ਅੱਜ ਤੱਕ ਤੁਸੀਂ ਦੇਖ ਸਕਦੇ ਹੋ ਦਲਜੀਤ ਨੇ ਡਰਮੀ ਭਰਤੀ ਹੈ ਖਾਣ ਪੀਣ ਵਾਲੇ ਸਮਾਨ ਦੀ ਤੇ ਆਹ ਜਿਹੜੇ ਬਿਸਕੁਟ ਆ ਇਹਦੇ ਤਾਂ ਪੈ ਗਏ ਆ ਪਟਾਕੇ ਆ ਤਾਂ ਮੈਂ ਕੱਢ ਲਏ ਆ ਦੇਖੋ ਇਹਦੇ ਵਿੱਚ ਨਾ ਬਿਸਕੁਟ ਆ ਜਿਹੜੇ ਐਕਸਟਰਾ ਮਤਲਬ ਜਿਹੜੇ ਸਹੀ ਸੀ ਉਹ ਮੈਂ ਇਹਦੇ ਵਿੱਚ ਕੱਢੇ ਆ ਆ ਦੇਖੋ ਮੈਂ ਖਾਧੇ ਵੀ ਹੈ ਅੱਛਾ ਤੇ ਉਹ ਜਿਹੜੇ ਚੂਰਾ ਚੂਰਾ ਸੀ ਉਹ ਮੈਂ ਕਿਹਾ ਦੇਖਦੇ ਕੁਝ ਬਣਾ ਲਵਾਂਗੇ ਉਹਨਾਂ ਦਾ ਅੱਛਾ ਬਿਸਕੁਟਾਂ ਦਾ ਵੀ ਤੁਸੀਂ ਕੁਝ ਬਣਾਉਂਦੇ ਹੋ ਹਾਂ ਮਤਲਬ ਕਿ ਤੁਹਾਡੇ ਕੋਲ ਰੈਸਪੀ ਮੈਂ ਸੁੱਟਣੇ ਥੋੜੀ ਹੈ ਮਤਲਬ ਤੁਹਾਡੇ ਤੋਂ ਰੈਸਪੀਆਂ ਇੱਕ ਤੋਂ ਇੱਕ ਆ ਹੈ ਹਾਂ ਮੈਂ ਕੁਝ ਨਾ ਕੁਝ ਬਣਾਉਂਗੀ ਇਦਾਂ ਤੁਸੀਂ ਦੇਖਣਾ ਅੱਛਾ ਚਲੋ ਜੀ ਆ ਹੋ ਗਿਆ ਹਾਂਜੀ ਤੇ ਆ ਆ ਤਾਂ ਦਸਤਰਖਾਨ ਹੈ ਨਾ ਹਾਂਜੀ ਆ ਦਸਤਰਖਾਨ ਮੰਗਾਇਆ ਹਾਂਜੀ ਇਹ ਵੀ ਮੇਰੇ ਖਿਆਲ ਨਾਲ ਟੇਬਲ ਤੇ ਰੱਖ ਦੋ ਟੇਬਲ ਦਾ ਹੈ ਨਾ ਕਿਉਂਕਿ ਹਾਂ ਟੇਬਲ ਦਾ ਹੈ ਬਾਅਦ ਚ ਆਪਾਂ ਸੈੱਟ ਕਰਦੇ ਹਾਂ ਇਹਨੂੰ ਵੀ ਤੁਸੀਂ ਸਾਈਡ ਤੇ ਕਰ ਦੋ ਓਕੇ ਹਾਂਜੀ ਚਲੋ ਇੱਕ ਡੱਬਾ ਖਾਲੀ ਹੋ ਗਿਆ ਹਾਂਜੀ ਇੱਕ ਪੋਣਾ ਹੋ ਗਿਆ ਹਾਂਜੀ ਤੇ ਉਹ ਤਾਂ ਕੁਝ ਨਹੀਂ ਹੈ ਜੀ ਚਲੋ ਫਿਰ ਡੱਬਾ ਇਹਨੂੰ ਪਰੇ ਕਰ ਦੋ ਡੱਬੇ ਨੂੰ ਤੇ ਹਾਂਜੀ ਗਾਇਸ ਜਿੱਦਾਂ ਤੁਸੀਂ ਦੇਖ ਸਕਦੇ ਹੋ ਦਲਜੀਤ ਨੇ ਡੱਬਾ ਕਰ ਦਿਆ ਡੀ ਐਂਡ ਤੇ ਹੁਣ ਕੀ ਲੱਭਣ ਦੇ ਤੁਸੀਂ ਮੈਂ ਕਿਹਾ ਕੁਛ ਇੱਥੇ ਯਾਰ ਉਹ ਮੰਮੀ ਕਹਿ ਰਹੀ ਹੈ ਸਿੰਦੂਰ ਵੀ ਭੇਜਿਆ ਸੀ ਮੈਂ ਨਾ ਤੇਰੇ ਲਈ ਅੱਛਾ ਤੇ ਉਹ ਮੈਂ ਲੱਭ ਰਹੀ ਹਾਂ ਕੀ ਪਤਾ ਨਿਕਲ ਆਵੇ ਤੇ ਸਿੰਦੂਰ ਬਟ ਹੈ ਨਹੀਂ 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 ਦਲਜੀਤ ਉਹ ਨਹੀਂ ਹੈਗਾ ਉਹ ਹੁੰਦਾ ਤਾਂ ਜੇ ਨਜ਼ਰ ਆ ਜਾਣਾ ਸੀ ਵਾਈ ਨਹੀਂ ਸਿੰਦੂਰ ਚਲੋ ਇਹਨੂੰ ਹੁਣ ਕਰਦੇ ਆ ਸਾਈਡ ਤੇ ਕਰੋ ਇਹਨੂੰ ਸੁੱਟੋ ਪਰੇ ਇਹਨੂੰ ਮਾਰੋ ਚੱਕ ਕੇ ਪਰੇ ਨੂੰ ਇੱਧਰ ਰੱਖ ਦਿੰਨੀ ਆ ਬਾਅਦ ਚ ਕਰਕੇ ਸੁੱਟਦੇ ਆ ਤੇ ਹੁਣ ਵਾਰੀ ਆ ਗਈ ਇਸ ਕਾਟਨ ਦੀ ਅੱਛਾ ਚਲੋ ਜੀ ਆ ਤਾਂ ਬੜੀ ਪੁਰਤੀ ਮਾਰੀ ਦਿਲ ਜੀ ਮਿੰਟੋ ਮਿੰਟ ਦੀ ਸੈੱਟ ਕਰਦਾ ਸਮਾਨ ਹੋਰ ਕੀ ਆ ਇਸੇ ਚ ਮਸਾਲੇ ਮਸੂਲੇ ਪਾਣੇ ਬਟ ਇਹਨੂੰ ਧੋਣਾ ਪੈਣਾ ਨਾ ਮੈਨੂੰ ਵਾਸ਼ ਕਰਨਾ ਪੈਣਾ ਸੁਕਾ ਕੇ ਫਿਰ ਪਾਉਣੇ ਆ ਹਾਂਜੀ ਹਾਂਜੀ ਫਿਰ ਆ ਵੀ ਰੱਖ ਦੇਣੀ ਕਿਚਨ ਵਿੱਚ ਨਾ ਹਾਂਜੀ ਜਿਹੜਾ ਧੋਣ ਵਾਲਾ ਸਮਾਨ ਆ ਤੁਸੀਂ ਉੱਥੇ ਲੈ ਜਾਓ ਨਾ ਹਾਂਜੀ ਕਿਉਂਕਿ ਫਿਰ ਮੈਂ ਆ ਵਾਸ਼ ਕਰੂੰਗੀ ਫੇਰ ਹੀ ਪਾਉਂਗੀ ਨਾ ਮਸਾਲੇ ਇਦਾਂ ਥੋੜੇ ਪਾਣੇ ਆ ਮੈਂ ਬਿਲਕੁਲ ਸਹੀ ਗੱਲ ਆ ਬਿਲਕੁਲ ਗੱਲ ਤਾਂ ਤੁਸੀਂ ਬੜੀ ਸਿਆਣੀ ਕਰਦੇ ਹੋ ਕਈ ਵੇਲੇ ਨਾ ਇੰਨੀ ਸਿਆਣੀ ਗੱਲ ਕਰਦੇ ਹੋ ਹੁਣ ਦੇਖੋ ਮੈਂ ਕੈਮਰਾਮੈਨ ਬਣਿਆ ਪਿਆ ਤੇ ਮੈਂ ਕੁਛ ਨਹੀਂ ਕੀਤਾ ਹੈਗਾ ਗਾਇਸ ਮੈਂ ਬਚ ਗਿਆ
ਤੇ ਦਲਜੀਤ ਹੀ ਸੈੱਟ ਕਰਨ ਦੇ ਹੀ ਆ ਸਾਰਾ ਕੁਝ। ਆ ਮੇਰੇ ਸੂਟ ਹੈ। ਸੂਟ ਇੱਦਾਂ ਕਰੋ ਟੇਬਲ ਤੇ ਰੱਖੀ, ਚਲੋ ਆ ਟੇਬਲ ਤੇ। ਨਹੀਂ ਮੈਂ ਉਧਰ ਅਲਮਾਰੀ ਚ ਰੱਖ ਲੈਣੀ ਆ ਨਾ। ਚਲੋ ਅਲਮਾਰੀ ਚ ਫਿਰ ਪਹਿਲਾਂ ਇੱਕ ਜਗ੍ਹਾ ਤੁਸੀਂ ਕੱਢ ਲਓ ਨਾ, ਸੌਖੇ ਹੋ ਜੂਗੇ। ਓਕੇ ਹਾਂਜੀ, ਫਿਰ ਮੈਂ ਤੁਹਾਡੀ ਮਦਦ ਕਰ ਦੂੰਗਾ ਨਾ ਨਾਲ। ਮੈਨੂੰ ਵੀ ਤੁਹਾਡੇ ਤੇ ਤਰਸ ਆਉਂਦਾ ਆ ਨਾ, ਤੁਹਾਨੂੰ ਜਦੋਂ ਮੈਂ ਦੇਖਦਾ ਹੁਣ ਕੰਮ ਕਰਦਾ, ਮੈਂ ਕੈਮਰਾ ਫੜਿਆ ਪਿਆ, ਮੈਂ ਤੁਹਾਨੂੰ ਮਦਦ ਨਹੀਂ ਨਾ ਕਰਾ ਸਕਦਾ। ਓਕੇ ਹਾਂਜੀ, ਆ ਚੱਦਰ। ਹਾਂਜੀ ਚੱਦਰ ਇੱਥੇ ਰੱਖਾਂ? ਚੱਦਰ ਹਾਂਜੀ, ਚੱਦਰਾਂ ਵੀ ਇੱਧਰ ਰੱਖ ਦਿਓ ਇੱਕ। ਇੱਦਾਂ ਕਰੋ ਨਾ ਮਿੰਟੋ ਮਿੰਟ ਕੱਢ ਕੇ ਰੱਖੀ ਚਲੋ ਤੁਸੀਂ। ਦੋ। ਅੱਛਾ ਗਿਣਤੀ ਵੀ ਚਲਾ ਰਹੇ ਹੋ ਨਾਲ। ਤਿੰਨ। ਤੁਸੀਂ ਗਾਇਸ ਕੰਮ ਚੈੱਕ ਕਰ ਸਕਦੇ ਹੋ, ਖੇਡਾਂ ਖੇਡਣ ਲੱਗ ਗਈ ਹੈ ਤੇ ਇਹ ਲੱਗਦਾ ਸ਼ਾਮਾਂ ਪੈ ਜੂਗੀ ਇਸ ਹਿਸਾਬ ਨਾਲ। ਆ ਮੇਰੇ ਸੂਟ ਇੱਧਰ। ਅੱਛਾ ਚਲੋ ਜੀ, ਤੁਹਾਡੇ ਸੂਟ ਆ ਟੇਬਲ ਤੇ ਰੱਖਤੇ ਦਲਜੀਤ ਨੇ। ਦਲਜੀਤ ਨੇ? ਮੈਂ ਹੀ ਦਲਜੀਤ ਆ। ਇਹ ਦਲਜੀਤ ਆ, ਇਹ ਦਲਜੀਤ। ਆ ਲੈ ਜੀ ਸੂਟ ਰੱਖਤੇ ਆ ਮੈਡਮ ਜੀ ਨੇ ਆਪਣੇ ਟੇਬਲ ਤੇ। ਓਕੇ ਕਿੰਨੀਆਂ ਆਈਆਂ? ਤਿੰਨ। ਤਿੰਨ ਤੇ ਆ ਚਾਰ। ਹਾਂਜੀ ਇੱਕ ਮੈਂ ਚਾਦਰ ਵਿਛਾਣੀ ਅੱਜ ਨਾ। ਇੱਕ ਤੁਸੀਂ ਵਿਛਾ ਵੀ ਚੁੱਕੇ ਹੋ ਪਹਿਲਾਂ ਵਾਲੀ? ਇੱਕ ਤਾਂ ਮੈਂ ਵਿਛਾ ਚੁੱਕੀ ਹੈ, ਹੋਰ ਵਿਛਾਉਣੀ ਹੈ ਅੱਜ। ਚੱਲ ਆ ਵਾਲੀ ਇਸ ਤੇ ਮੇਰੀ ਨਿਗਾਹ ਹੈ ਨਾ। ਪੂਰਾ ਸੈਟ ਹੈ ਨਾ ਮੰਮੀ ਉਹਨਾਂ ਨੇ ਭੇਜਿਆ। ਅੱਛਾ ਅੱਛਾ ਕਿੰਨੀਆਂ ਹੋ ਗਈਆਂ? ਪੰਜ ਤੇ ਇੱਕ, ਛੇ ਇੱਕ ਬੈਡ ਤੇ ਵਿਛੀ ਪਈ, ਛੇ ਤੇ ਇੱਕ ਬੈਡ ਤੇ ਵਿਛੀ ਪਈ, ਸੱਤ ਸੱਤ ਚਾਦਰਾਂ। ਨਹੀਂ ਨਹੀਂ ਸੱਤ ਤਾਂ ਦਲਜੀਤਾਂ ਨਾ ਹੋ ਗਈਆਂ। ਸੱਤ ਕਿੱਦਾਂ ਹੋ ਗਈਆਂ ਯਾਰ? ਅਰੇ ਉਹ ਜਾਣ ਕੇ ਕਰਨ ਦੇ, ਮੈਂ ਤੁਹਾਨੂੰ ਕਨਫਿਊਜ਼ਨ ਕੀਤਾ। ਇੱਕ ਦੋ ਮੈਂ ਕਿ ਇਦਾਂ ਹੀ ਆਪਾਂ ਪਾਣੀ ਨੂੰ ਦਲਜੀਤ ਨੂੰ ਚਾਰ ਪੰਜ ਛੇ, ਯਾਰ ਛੇ ਹੋਈਆਂ, ਛੇ ਆ ਤੇ ਇੱਕ ਵਿਛਾਈ ਹੈ ਮੈਂ। ਉਹ ਮੈਂ ਕਨਫਿਊਜ਼ਨ ਹੋ ਜਾਂਦਾ ਕਈ ਵੇਲੇ, ਕੋਈ ਗੱਲ ਨਹੀਂ। ਤੁਸੀਂ ਮੈਨੂੰ ਨਾ ਪਾਗਲ ਬਣਾਇਆ ਕਰੋ। ਤਾਂ ਹੋਰ ਕੀ ਰਹਿ ਗਿਆ ਜੀ? ਹੋਰ ਆ ਮੇਰੀ ਚੱਪਲਾਂ ਚੁੱਪਲਾਂ ਨੇ, ਚਲੋ ਤੇ ਆ ਮੇਰੇ ਏਅਰਿੰਗਸ ਨੇ, ਆ ਤਾਂ ਮੈਂ ਆਪਣੀ ਅਲਮਾਰੀ 'ਚ ਰੱਖਣਾ ਨਾ। ਅੱਛਾ ਤੇ ਆ ਚੱਪਲਾਂ ਮੈਂ ਬਾਹਰ ਰੱਖਦੀ ਹਾਂ ਆਪਣੀ ਉਸੇ 'ਚ, ਲੇਕਿਨ ਯਾਰ ਉਸ ਅਲਮਾਰੀ 'ਚ ਤਾਂ ਜਗ੍ਹਾ ਹੀ ਨਹੀਂ ਹੈ। ਕੋਈ ਗੱਲ ਨਹੀਂ, ਜਗ੍ਹਾ ਤੁਸੀਂ ਬਣਾ ਲਿਓ। ਸੰਦੂਰ ਤਾਂ ਨਿਕਲਿਆ ਹੀ ਨਹੀਂ ਯਾਰ, ਸੰਦੂਰ ਨਹੀਂ ਮਿਲਿਆ। ਮੰਮੀ ਜੀ ਜੇ ਤੁਸੀਂ ਸਾਡਾ ਵਲੌਗ ਦੇਖਦੇ ਹੋ ਨਾ, ਦੋਨੋਂ ਡੱਬੇ ਤੁਹਾਡੇ ਸਾਹਮਣੇ ਅਸੀਂ ਖੋਲਤੇ ਆ, ਸੰਦੂਰ ਨਹੀਂ ਮਿਲਿਆ। ਤੇ ਉਹ ਬੰਦੇ ਕੋਲ ਤੁਸੀਂ ਜਾਓ ਤੇ ਕਹੋ ਕਿ ਆ ਸੰਦੂਰ ਨਹੀਂ ਸਾਨੂੰ ਮਿਲਿਆ ਨਾ ਵੀ ਦਲਜੀਤ। ਚਲੋ ਤੇ ਸੰਦੂਰ ਦਲਜੀਤ ਨੂੰ ਚਾਹੀਦਾ ਵੀ ਜ਼ਰੂਰੀ ਸੀ ਹੈ। ਹਾਂਜੀ ਠੀਕ ਹੈ ਤੇ ਚਲੋ ਦਲਜੀਤ ਜੀ, ਹੁਣ ਤੁਹਾਡੀ ਮਿਹਰਬਾਨੀ, ਇਹਨਾਂ ਨੂੰ ਲੰਬਾਰੀਆਂ ਲੰਬੂਰੀਆਂ 'ਚ ਵੀ ਰੱਖਣਾ ਨਾ ਤੁਸੀਂ। ਕਿਉਂ ਮੈਂ ਰੱਖਾਂ ਯਾਰ? ਮੈਂ ਰੱਖਣਾ ਤਾਂ ਫਿਰ ਤੁਹਾਡਾ ਕੀ ਸੁੱਖ ਹੋਇਆ ਮੈਨੂੰ? ਯਾਰ ਤੂੰ ਕੈਮਰਾਮੈਨ ਬਣਿਆ ਵੇ, ਜਾਂ ਤਾਂ ਕੈਮਰਾਮੈਨ ਤੁਸੀਂ ਬਣੋ। ਚਲੋ ਆ ਚਾਦਰਾਂ ਰੱਖਦੀ ਹਾਂ ਫਿਰ। ਚਲੋ ਮੈਂ ਉੱਥੇ ਤੱਕ ਚੱਕ ਕੇ ਲੈ ਜਾਂਦਾ, ਲੋ ਕੈਮਰਾ ਤੁਸੀਂ ਫੜੋ। ਨਹੀਂ 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 ਯਾਰ, ਇਦਾਂ ਨਹੀਂ ਹੁੰਦਾ ਨਾ, ਲੋ ਕੈਮਰਾ ਤੁਸੀਂ ਫੜੋ ਆ ਜਾਓ, ਮੈਂ ਤੁਹਾਡੀ ਮਦਦ। ਨਹੀਂ ਨਹੀਂ ਮੈਂ ਰੱਖ। ਨਹੀਂ 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 ਰੱਖਣੀ ਆਈ ਹਾਂ ਹੁਣ ਮੈਂ, ਇੰਨੇ ਕਿਹਦੇ ਤੁਹਾਡੇ ਸਾਹ ਲਵਾਂ ਯਾਰ? ਆ ਤਾਂ ਮੈਂ ਹੁਣ ਪਾਉਣੀ ਹੈ ਨਾ। ਅੱਛਾ ਆ ਮੈਂ ਬੈਡ ਤੇ ਪਾਉਣੀ ਹੈ। ਆ ਜਾ ਯਾਰ ਫਿਰ ਕੀ ਗੱਲ ਆ, ਮੈਂ ਤੇਰੀ ਹੈਲਪ ਕਰ ਦਿੰਦਾ। ਕੋਈ ਨਹੀਂ ਨਹੀਂ ਤੁਸੀਂ ਕਮੈਂਟ ਕਰਕੇ ਦੱਸਣਾ ਕਿੰਨੇ ਸਮੇਟਿਆ ਤੇ ਕਿੰਨੇ ਕੀ ਕੀਤਾ।
ਸਾਰਾ ਕ੍ਰੈਡਿਟ ਚਲੋ 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 ਅੱਗੇ ਚਲੋ ਚਲੋ ਤੁਸੀਂ ਜਾਓ ਨਾ, ਮੈਂ ਤਾਂ ਫਿਰ ਕੈਮਰਾਮੈਨ ਆ, ਤੁਸੀਂ ਜਾਓ ਚਲੋ ਤੁਰੋ ਆ ਜਾ ਆ ਦੇਖੋ ਗਾਇਸ ਆ ਦਲਜੀਤ ਤੁਰ ਪਏ। ਚਲੋ ਚਲੋ ਮੈਡਮ ਜੀ ਅੱਗੇ ਨੂੰ ਹੋ ਜਾਓ ਮੈਡਮ ਜੀ ਨੇ ਤੁਸੀਂ ਦੇਖ ਸਕਦੇ ਹੋ। ਮੈਡਮ ਜੀ ਆ ਟਿਕਾਣਾ ਤੁਸੀਂ ਕਿੱਥੇ ਬਣਾਤਾ ਹੈ? ਆ ਇੱਥੇ ਨਾ ਉੱਤੇ ਮੈਂ ਚਾਦਰਾ ਰੱਖਦੀ ਹੁੰਨੀ ਆ। ਓਹ ਤੇਰੀ ਮਿਹਰਬਾਨੀ ਆ ਬੱਲੇ ਬੱਲੇ। ਓਹੋ ਤੁਸੀਂ ਤਾਂ ਲੰਬਾਰੀ ਤੇ ਪਟਾਕੇ ਵਜਾਤੇ। ਓਹੋ ਉਹ ਤਾਂ ਫਿਰ ਹੁਣ ਤੁਹਾਨੂੰ ਕਰਨਾ ਪੈਣਾ। ਗਾਇਸ ਆ ਜਿੱਦਾਂ ਤੁਸੀਂ ਦੇਖ ਸਕਦੇ ਹੋ ਇਹ ਤਾਂ ਕੰਮ ਮਹਿੰਗਾ ਪੈ ਗਿਆ ਰੱਖਣ ਦਾ ਤੇ ਚਲੋ ਹੁਣ। ਹਾਂਜੀ ਦਲਜੀਤ ਜੀ ਹੁਣ ਤੁਸੀਂ ਚਾਦਰਾ ਰੱਖ ਲਈ ਹੈ, ਹੁਣ ਕੀ ਕਰਨ ਲੱਗੇ ਹੋ ਤੁਸੀਂ? ਹੁਣ ਮੈਂ ਆ ਸੂਟ ਨਾ ਆਪਣੀ ਅਲਮਾਰੀ 'ਚ ਰੱਖਣਾ। ਅੱਛਾ ਜੀ ਅੱਜ ਬਹੁਤ ਮਜ਼ਾ ਆ ਰਿਹਾ ਹੈ। ਆ ਜਾ ਆ ਜਾ ਆ ਜਾ ਕੋਈ ਨਹੀਂ ਬਦਲਾ ਤਾਂ ਮੈਂ ਲੈਣਾ। ਆ ਜਾ ਆ ਜਾ ਤੁਰਿਆ ਤੁਰਿਆ ਕੋਈ ਗੱਲ ਨਹੀਂ ਆ ਜਾ। ਤੇ ਹਾਂਜੀ ਗਾਇਸ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਦਲਜੀਤ ਆ ਗਈ ਆਪਣੀ ਲੰਬਾਰੀ ਵੱਲ ਤੇ ਥੋੜਾ ਜਿਹਾ ਤੁਸੀਂ ਲੰਬਾਰੀ ਤੁਹਾਡੀ ਦੇਖ ਸਕਦੇ ਹਾਂ ਅਸੀਂ? ਨਹੀਂ ਨਹੀਂ ਤੇਰੀ ਅਲਮਾਰੀ ਦਿਖਾਣੇ ਲਾਇਕ ਨਹੀਂ ਹੈ। ਨਹੀਂ ਨਹੀਂ ਕੋਈ ਮਾੜੀ ਜਿਹੀ ਇੱਦਾਂ ਥੋੜੇ ਜਿਹੇ ਇਹਦੇ ਗੱਲ ਦਿਖਾਓ ਦਿਖਾਓ ਕੋਈ ਨਹੀਂ। ਹਾਂਜੀ ਤੇ ਆ ਤਾਂ ਹੁਣ ਮੈਂ ਇੱਦਾਂ ਹੀ ਰੱਖ ਰਹੀ ਆ। ਆ ਫਿਰ ਮੈਂ ਸਮੇਟਣੇ ਆ ਨਾ, ਬਹੁਤ ਖਿਲਾਰਾ ਪਿਆ ਹੋਇਆ ਮੇਰੀ ਅਲਮਾਰੀ ਦਾ। ਅੱਛਾ ਜੀ ਹਾਂਜੀ ਮੈਂ ਹੋਰ ਲਿਆਵਾਂ। ਚਲੋ ਠੀਕ ਹੈ। ਲਓ ਜੀ ਉਹ ਸੂਟ ਚੱਕ ਕੇ ਲਿਆਏ ਆ। ਆ ਮੈਂ ਆਈ ਸੀ, ਮੇਰੇ ਤੋਂ ਟਾਈਮ ਨਹੀਂ ਹੈ ਕਿ ਮੈਨੂੰ ਸਮੇਟਾਂ, ਕਿਉਂਕਿ ਕੱਲ੍ਹ ਤੁਸੀਂ ਜਦੋਂ ਕੰਮ 'ਤੇ ਜਾਓਗੇ ਫਿਰ ਮੈਂ ਸਮੇਟੂਗੀ, ਕਿਉਂਕਿ ਅੱਜ ਅਸੀਂ ਛੁੱਟੀ ਇੰਜੋਏ ਕਰਨੀ ਹੈ, ਛੁੱਟੀ ਦਾ ਆਨੰਦ ਲੈ। ਇੰਜੋਏ ਚੰਗਾ ਕਰਾਇਆ, ਕੰਮ ਵੀ ਨਾਲ ਮੇਰੇ ਨਾਲ ਕਰਾ ਲਿਆ, ਦੇਖੋ ਕਿੰਨਾ ਝੂਠ ਬੋਲਦੀ ਹੈ ਨਾ। ਹਾਂਜੀ ਗਾਇਸ ਤੁਸੀਂ ਦੇਖ ਸਕਦੇ ਹੋ ਆਹ ਦਲਜੀਤ ਉਹਨਾਂ ਨੇ ਪਹਿਲੀ ਚਾਦਰ ਵਿਛਾਈ ਸੀ ਤੇ ਇਸਕਾ ਰੰਗ ਦੇਖੋ ਕਿੰਨਾ ਸੁੰਦਰ ਥਾ, ਕਿੰਨਾ ਜ਼ਬਰਦਸਤ ਕਲਰ ਹੈ, ਪ੍ਰਿੰਟ ਕਿੰਨਾ ਸੋਹਣਾ ਮਰੂਨ। ਤੇ ਹੁਣ ਮੈਂ ਆਹ ਵਾਲੀ ਵਿਛਾਣੀ ਹੈ ਗਰਮ ਵਾਲੀ ਨਾ। ਅੱਛਾ ਜੀ ਹਾਂਜੀ ਗਰਮ ਵਾਲੀ ਚਾਦਰ ਵਿਛਾਉਣ ਲੱਗੀ ਹੈ ਦਲਜੀਤ ਉਹਨੀ ਹੈ। ਤੇ ਦਲਜੀਤ ਕਹਿੰਦੀ ਮੇਰੀ ਬਹੁਤ ਫੇਵਰੇਟ ਆ, ਮੈਂ ਵਿਛਾਵਾਂ ਫਟਾਫਟ ਤਾਂ ਦੇਖਾਂ ਆਪਣੀ ਅੱਖਾਂ ਦੇ, ਦੇਖੋ ਕਿੰਨਾ ਪਿਆਰਾ ਹੈ ਇਹਦਾ, ਆਪਣੀ ਅੱਖਾਂ ਦੇ ਸਾਹਮਣੇ ਦੇਖਾਂ ਕਿ ਕਿੰਨੀ ਸੋਹਣੀ ਲੱਗਦੀ ਹੈ। ਚਲੋ ਜੀ ਮੈਂ ਵਿਛਾ ਲਵਾਂ। ਵਿਛਾ ਕੀ ਲਵਾਂ ਤੁਸੀਂ ਵਿਛਾਓ, ਮੈਂ ਵੀਡੀਓ ਬਣਾਉਂਦੇ ਆ ਫਿਰ ਕੀ ਗੱਲ ਹੈ। ਲਓ ਤੁਸੀਂ ਦੇਖ ਸਕਦੇ ਹੋ ਦਲਜੀਤ ਕਿੰਨੇ ਕੰਮ ਕਰ ਰਹੀ ਹੈ ਨਾ, ਕਈ ਵੇਲੇ ਮੈਂ ਮਜ਼ਾਕ ਮਜ਼ਾਕ 'ਚ ਕਹਿ ਦਿੰਦਾ ਹੈ ਨਾ ਕਿ ਕੰਮ ਨਹੀਂ ਕਰਦੇ ਤਾਂ ਬਹੁਤ ਮਿਹਨਤੀ ਹੈ, ਤੁਸੀਂ ਦੇਖ ਲਓ ਕਹਿਣ ਦੀ ਜ਼ਰੂਰਤ ਨਹੀਂ ਕਿੰਨੀ ਮਿਹਨਤੀ ਹੈ ਨਾ। ਦੇਖਾਂ ਵਿਚਾਰੀ ਕਿੱਦਾਂ ਲੱਗੀ ਪਈ ਹੈ, ਕੀਤਾ ਕੁਛ ਨਹੀਂ ਮੈਂ ਗੱਲਾਂ ਗੱਲਾਂ 'ਚ ਕੰਮ ਕਰਾ ਲਿਆ ਸਾਰਾ, ਇਹਨੂੰ ਕਹਿੰਦੇ ਆ ਮਾਸਟਰ ਮਾਈਂਡ, ਤੁਸੀਂ ਸਮਝਦੇ ਹੋ ਨਾ ਇੱਦਾਂ। ਤੁਸੀਂ ਕੁਛ ਸੁਣਦੇ ਤਾਂ ਨਹੀਂ ਹੋ ਮੈਂ ਕੁਛ ਕਹਿ ਰਿਹਾ? ਨਹੀਂ ਨਹੀਂ ਮੈਂ ਡੋਰੀ ਆ ਕੰਨ, ਕੰਨਾਂ ਤੋਂ ਨਾ ਮੇਰੇ ਕੰਨ ਨਹੀਂ ਕੰਮ ਕਰਦੇ। ਗਾਇਸ ਕੰਮ ਕਰ ਕਰਕੇ ਨਾ ਇਹਨਾਂ ਦੇ ਕੰਨਾਂ ਦੀ ਆਵਾਜ਼ ਵੀ ਚਲ ਗਈ ਹੈ, ਤੁਸੀਂ ਦੇਖ ਲਓ। ਵਾਹ ਯਾਰ ਕਿੰਨਾ ਪਿਆਰਾ ਲੱਗ ਰਿਹਾ। ਅੱਛਾ ਤੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਸਰਾਣਿਆਂ ਦੇ ਕਵਰ ਬਦਲਤੇ ਦਲਜੀਤ ਉਹਨਾਂ ਨੇ ਤੇ ਸਰਾਣੇ ਤਾਂ ਇੱਕ ਨੰਬਰ ਦੇ ਲੱਗਣ ਲੱਗ ਗਏ ਆ। ਦੂਜਾ ਕਹਾਂ ਹੈ। ਅੱਛਾ ਜੀ ਦਲਜੀਤ ਅੱਜ ਕੋਈ ਗਾਣਾ ਨਹੀਂ ਸੁਣਾਉਣਾ? ਤੁਸੀਂ ਸੁਣਾਓ ਅੱਜ ਨਾ ਯਾਰ, ਹਰ ਦਿਨ ਮੈਂ ਸੁਣਾਉਂਦਾ ਯਾਰ, ਮੈਂ ਥੱਕ ਗਈ ਆ, ਮੈਂ ਨਹੀਂ ਸੁਣਾਉਣਾ ਗਾਣਾ। ਤੁਸੀਂ ਦੇਖ ਸਕਦੇ ਹੋ ਦੋ ਡੱਬੇ ਖਲਾਤੇ ਆ ਉਹ ਜਿਹੜਾ ਪਾਰਸਲ ਆਇਆ ਸੀ, ਹੁਣ ਕਹਿੰਦੀ ਮੈਂ ਥੱਕ ਗਈ ਆ। ਹੁਣ ਤੁਸੀਂ ਮੈਨੂੰ ਕੁਛ ਚਾਹ ਚੂ ਪਿਲਾਓਗੇ? ਤੇਰੀ ਮਿਹਰਬਾਨੀ ਯਾਰ, ਤੁਸੀਂ ਕੁਛ ਵੀ ਨਹੀਂ ਕੀਤਾ, ਤੁਸੀਂ ਸਿਰਫ ਕੈਮਰਾ ਫੜਿਆ। ਅੱਛਾ ਤੇ ਇਹ ਵੀ ਕੰਮ ਹੀ ਹੈ, ਵੀਡੀਓ ਬਣਾਈ ਹੈ ਤੁਸੀਂ ਸੇ? ਇਹ ਵੀ ਕੰਮ ਹੀ ਹੈ, YouTube ਦੀ ਫੈਮਿਲੀ ਮੈਨੂੰ ਦੱਸੇ ਕਿ ਜਿਹੜਾ ਮਤਲਬ ਮੈਂ ਵੀਡੀਓ ਸ਼ੂਟ ਕੀਤੀ ਕਿੰਨੀ ਵਧੀਆ ਵੀਡੀਓ ਤੁਹਾਡੀ ਸ਼ੂਟ ਕੀਤੀ, ਤੇ ਇਹ ਵੀ ਮੇਰਾ ਕੰਮ ਹੀ ਆ। ਹਾਂਜੀ
ਤੇ ਮੇਰਾ ਕੰਮ ਕੀ ਹੈ? ਤੁਹਾਡਾ ਗੁਲਾਬ ਤੁਸੀਂ ਚਾੜਨ ਤਾਂ ਦੇ ਸਰਾਣਿਆਂ ਤੇ। ਅੱਛਾ ਚੱਲ ਤੁਸੀਂ ਉਹ ਗਾਣਾ ਸੁਣਾਓ, ਬਹੁਤ ਗਾਉਂਦੇ ਹੁੰਦੇ ਨਾ। ਇੱਥੇ ਰੱਖ ਲੈਂਦੀ ਹਾਂ ਨਾ ਫਿਲਹਾਲ ਮੈਂ। ਹਾਂਜੀ ਫਿਲਹਾਲ ਜਿੱਥੇ ਮਰਜ਼ੀ ਰੱਖ ਲਓ, ਘਰ ਤੁਹਾਡਾ ਆਪਣਾ ਹੈ ਭਲਾ, ਤੁਸੀਂ ਜਿੱਥੇ ਮਰਜ਼ੀ ਰੱਖ ਸਕਦੇ ਹੋ। ਓਕੇ ਹਾਂਜੀ। ਨਹੀਂ ਮੇਰੀ ਗੱਲ ਸੁਣੋ। ਦਿਲ ਕਾ ਕਿਆ ਕਰੇ ਸਾਹਿਬ, ਹਮ ਉਨੀ ਪੇ ਮਰਤੇ ਹੈ, ਜ਼ੁਲਮ ਬਸ ਇਤਨਾ ਹੈ। ਵਾਹ ਜੀ ਵਾਹ। ਜ਼ੁਲਮ ਬਸ ਇਤਨਾ ਹੈ, ਬੈਡਸ਼ੀਟ ਸੇ ਪਿਆਰ ਕਰਤੇ ਹੈ। ਜ਼ੁਲਮ ਬਸ ਇਤਨਾ ਹੈ। ਆਜੂਗਾ ਇਸ ਕੰਬਲ ਤੇ ਟਰਾਈ ਕਰਦੇ ਆ। ਚਲੋ ਗਾਇਸ ਮੈਂ ਇਹਦੇ ਨਾਲ ਆ ਪਵਾ ਲਵਾਂ। ਅੱਛਾ ਅੱਛਾ ਤੇ ਮੈਨੂੰ ਇੱਦਾਂ ਦੱਸੋ ਕਿੱਧਰੋਂ ਮੈਂ ਸ਼ੁਰੂ ਕਰਾਂ, ਇੱਧਰੋਂ? ਤੁਸੀਂ ਯਾਰ ਆ ਇਹਨੂੰ ਨਾ ਇਹਨੂੰ ਇੱਦੇ ਇਸ ਦੇ ਵਿੱਚ ਪਾ ਕੇ ਉਧਰ ਲੈ ਕੇ ਜਾਣਾ। ਅੱਛਾ ਜੀ ਮਤਲਬ ਚਲੋ ਕੋਈ ਗੱਲ ਨਹੀਂ, ਫਿਰ ਕੀ ਗੱਲ ਆ, ਕੰਮ ਤਾਂ ਇੱਦਾਂ ਹੀ ਰਲ ਮਿਲ ਕੇ ਹੁੰਦੇ ਆ ਨਾ ਵੀ। ਹਾਂਜੀ ਦਲਜੀਤ ਜੀ ਆ ਧਿਆਨ ਨਾ ਨਾ ਕਿ ਇਧਰੋਂ ਮਤਲਬ ਖਿੱਚਣੀ ਨਹੀਂ ਹੈ ਜ਼ਿਆਦਾ। ਨਹੀਂ ਨਹੀਂ ਮੈਨੂੰ ਪਤਾ ਹੈ ਮੈਂ ਸਭ ਕੀਤੇ ਹੋਏ ਆ ਕੰਮ। ਕੀਤੇ ਨਹੀਂ ਮੈਂ ਕਿੱਥੇ ਕੰਮ ਕਰਦਾ ਰਿਹਾ ਫਿਰ ਤੁਹਾਡੇ ਕਹਿਣ ਅੱਜ ਤੱਕ ਕੀਤਾ ਤਾਂ ਹੈ ਨਹੀਂ ਤੁਸੀਂ। ਮਤਲਬ ਕਿੱਦਾਂ ਤੁਹਾਡੇ ਤੋਂ ਨਹੀਂ ਆਉਣਾ ਯਾਰ, ਮੇਰੇ ਕੰਬਲ ਧੱਕੀ ਚਲੋ ਅੰਦਰ ਏਦਾਂ ਇਧਰੋਂ ਆ ਕਰਕੇ ਇਧਰੋਂ ਏਦਾਂ ਏਦਾਂ ਹੀ ਧੱਕਾ। ਹਾਂਜੀ ਸਮਝੇ ਹੋ ਜਿਪ ਦਾ ਮੂੰਹ ਛੋਟਾ ਆ। ਹਾਂਜੀ ਤਾਂ ਉਧਰੋਂ ਇੱਕ ਮਿੰਟ ਯਾਰ ਤੁਸੀਂ ਉਧਰੋਂ ਕਰ ਲਓ, ਮੈਨੂੰ ਡਰ ਲੱਗਦਾ ਟੁੱਟ ਨਾ ਜਾਏ। ਕੁਛ ਨੀ ਹੁੰਦਾ ਟੁੱਟਣ ਦਾ, ਕੁਛ ਨੀ ਲੋ ਮੇਰਾ ਹੋ ਗਿਆ ਸੈੱਟ ਇਧਰੋਂ। ਹਾਂਜੀ ਇਧਰੋਂ ਵੀ ਕਰੋ ਫਿਰ ਸੈੱਟ। ਅੱਛਾ ਜੀ ਤੇ ਸਾਰਾ ਮੈਂ ਹੀ ਕਰ ਦਿੱਤਾ ਤਾਂ ਤੁਸੀਂ ਕੀ ਕਰਨਾ ਸੈੱਟ ਯਾ? ਆ ਦੇਖ ਲੈ ਹੁਣ ਤੇ ਤਾਂ ਤੂੰ ਤਾਂ ਇਧਰੋਂ ਕੰਮ ਖਰਾਬ ਕੀਤਾ ਆ। ਨਹੀਂ ਨਹੀਂ ਆ ਰਿਹਾ ਆ ਰਿਹਾ। ਅੱਛਾ ਅੱਛਾ ਚਲੋ ਫਿਰ ਖਿੱਚੋ ਉਹਨੂੰ ਖਿੱਚੋ ਯਾਰ ਤੁਸੀਂ ਗਲਤ। ਨਹੀਂ ਨਹੀਂ ਗਲਤ ਕੁਛ ਨਹੀਂ ਹੈ ਬੁੱਲੂ, ਕੁਛ ਗਲਤ ਨਹੀਂ ਹੈਗਾ, ਸਭ ਕੁਛ ਓ ਰਾਈਟ ਆ। ਉਹ ਪਹਿਲਾਂ ਸਾਰਾ ਇਦਾਂ ਕਰਨਾ ਹੈ ਨਾ ਆਪਾਂ। ਲੋ ਹੁਣ ਇਹਨੂੰ ਕੰਬਲ ਨੂੰ ਇੱਕ ਮਿੰਟ। ਹਾਂਜੀ ਸਹੀ ਹੋ ਗਿਆ। ਇੱਕ ਮਿੰਟ ਯਾਰ ਮੈਨੂੰ ਛੱਡੋ ਇਧਰ ਨਾ। ਅੱਛਾ ਅੱਛਾ ਕੁੰਜੇ ਤੋਂ ਵੀ ਕਰੋ ਥੋੜਾ ਨਾ ਉਧਰੋਂ, ਪਰ ਇਹਦਾ ਇਹ ਚੱਕਰ ਇਹ ਆ ਕਿ ਇਹਦੇ ਤੁੰਬੇ ਲਾਉਣੇ ਪੈਣੇ, ਜਿਦਾਂ ਇੰਡੀਆ ਦੇ ਵਿੱਚ ਨੀ ਲਾਉਂਦੀ ਹੁੰਦੀ ਬੀਬੀਆਂ ਗੱਬੇ ਗੱਬੇ ਦੇ ਵਿੱਚੋਂ ਚੱਲਣ ਜਾਇਆ ਕਰਨਾ ਜਦੋਂ ਸੋਇਆ ਕਰਨਾ। ਅੱਛਾ ਹਾਂਜੀ ਹਾਂਜੀ ਤੇ ਕੰਮ ਆਇਆ ਤਾਂ ਪੂਰਾ ਪਰਫੈਕਟ ਆ ਉਹਦਾ। ਬੰਦ ਤੇ ਧੱਕਾ ਧੁੱਕਾ ਲਗਾ ਕੇ ਕੰਬਲ ਦੇ ਉੱਤੇ ਗੁਲਾਬ ਪਾ ਹੀ ਦਿੱਤਾ ਹੈ। ਔਰ ਕੀ ਪਾਣਾ ਹੀ ਸੀ। ਉਹ ਬੱਲੇ 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 ਭਾਰਾ ਵੀ ਬਹੁਤ ਆ ਕੰਬਲ। ਕੰਬਲ ਬਹੁਤ ਮੋਟਾ ਹੈ ਨਾ। ਹਾਂਜੀ ਹਾਂਜੀ ਚਲੋ ਜੀ ਹੁਣ ਆ ਜਾਈਏ। ਚਲੋ ਮੈਂ ਚਾਦਰ ਪਾ ਲਵਾਂ ਫਿਰ ਉਹ ਕਰਨਾ ਫਿਰ ਤੁਹਾਨੂੰ ਦਿਖਾਉਂਦੇ ਆ। ਦੇਖੋ ਜੀ ਕਿੰਨੀ ਸੋਹਣੀ ਚਾਦਰ ਲੱਗ ਰਹੀ ਹੈ। ਓ ਮਾਈ ਗੋਡ ਸ਼ੋ ਹੀ ਨਿਕਲ ਗਈ ਬੈੱਡ ਦੀ ਨਾ, ਕਿੰਨੀ ਵਧੀਆ ਲੱਗ ਰਹੀ ਹੈ। ਤੇ ਆ ਚੀਜ਼ ਹੈ ਕਿ ਆ ਕੰਬਲ ਸਾਡਾ ਬਹੁਤ ਮੋਟਾ ਸੀ ਤੇ ਉਸ ਤੇ ਚੜ ਗਿਆ ਕਵਰ ਨਾ ਹੈ। ਤੇ ਹੁਣ ਪਤਾ ਮੈਂ ਕੀ ਕਰਨਾ ਹੈ, ਕੱਲ ਪਰਸੋਂ
ਇਸ ਦੇ ਵਿੱਚ ਨਾ ਟਾਂਕੇ ਲਾਉਂਗੀ ਏਦਾਂ ਨਾ ਜਿੱਦਾਂ ਕੋਨੇ ਤੇ ਇੱਕ, ਕੋਨੇ ਤੇ ਇੱਕ ਦੋ ਨਾ ਏਦਾਂ ਕਰਕੇ, ਠੀਕ ਆ, ਤੇ ਤਾਂ ਕਿ ਉਹ ਇੱਧਰ ਉੱਧਰ ਨਾ ਹੋਵੇ ਕੰਬਲ। ਠੀਕ ਹੈ, ਇਹ ਆ ਵਧੀਆ ਹੋ ਗਿਆ। ਠੰਡ ਵੀ ਬਹੁਤ ਜ਼ਿਆਦਾ ਹੈ ਤੇ ਆ ਬਹੁਤ ਸੋਹਣੀ ਚਾਦਰ ਹੈ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ, ਇੱਕ ਨੰਬਰ ਦੀ ਚਾਦਰ ਲੱਗ ਰਹੀ ਹੈ ਤੇ ਦਿਲ ਖੁਸ਼ ਹੋ ਗਿਆ। ਤੇ ਆਲਮੋਸਟ ਸਾਡਾ ਸਮਾਨ ਸਮੇਟਿਆ ਗਿਆ ਤੇ ਕਿਚਨ ਦਾ ਸਮਾਨ ਹੈ ਥੋੜਾ, ਉਹ ਫਿਰ ਮੈਂ ਵਾਸ਼ ਵਾਸ਼ ਕਰਕੇ ਪਾਉਂਗੀ। ਚਲੋ ਜੀ, ਹੁਣ ਕਰਦੇ ਹਾਂ ਬਲੌਗਿੰਗ ਦੀ ਐਂਡਿੰਗ। ਜੇ ਸਾਡਾ ਬਲੌਗ ਚੰਗਾ ਲੱਗੇ ਤਾਂ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਫਿਰ ਮਿਲਦੇ ਹਾਂ ਨੈਕਸਟ ਬਲੌਗ ਦੇ ਵਿੱਚ, ਘੈਂਟ ਜਿਹਾ ਤਾਂ ਧਮਾਕੇਦਾਰ ਬਲੌਗ ਲੈ ਕੇ। ਤੇ ਚਲੋ ਜੀ, ਹੁਣ ਬਾਏ ਬਾਏ।